ਹੈਲੋ ਹਾਂ ਆਂਦੀ ਪਈ ਆਵਾਜ਼ ਤੇਰੀ ਆਵਾਜ਼ ਆਵੇ ਇੱਥੇ ਤੂੰ ਨਾ ਹੀ ਹੋਲੀ ਬੋਲ ਡਿੰਪਲ ਉਹ ਮੇਨਾ ਕਾ ਤੋ ਗਰਮ ਹੋਈ ਜਾਨੀ ਆ ਲੈ ਆ ਗਿਓ ਕਹਿੰਦੀ ਗਰਮੀ ਲੱਗਦੀ ਪਈ ਸੀ ਤਾਂ ਗਰਮ ਹੋਣ ਈ ਐ ਸਿੰਪਲ ਮੈਂ ਤੇਰੇ ਮੋਢੇ ਤੇ ਤੱਤਾ ਤੱਤਾ ਚਿਮਟਾ ਲਾਤਾ ਗਰਮੀ ਲੱਗਦੀ ਤਾਂ ਪੱਖੇ ਥੱਲੇ ਖਲੋ ਪੱਖੇ ਥੱਲੇ ਵੀ ਗਰਮੀ ਲੱਗਦੀ ਪਈ ਐ ਫਿਰ ਏਸੀ ਅੱਗੇ ਖਲੋ ਏਸੀ ਅੱਗੇ ਵੀ ਗਰਮੀ ਲੱਗਦੀ ਪਈ ਤੇ ਏਸੀ ਨੂੰ ਲਾ ਕੀ ਰਸੋਈ ਚ ਨਹੀਂ ਜਾਣਾ ਗਰਮੀ ਲੱਗਦੀ ਉੱਥੇ ਗਰਮੀ ਲੱਗਣੀ ਐ ਤੇ ਹੋਰ ਉੱਥੇ ਖਾੜਾ ਲੱਗਣਾ ਆਖੇ ਕਹਿੰਦੀ ਮੈਨੂੰ ਰਸੋਈ ਚ ਏਸੀ ਲਵਾ ਦਿ ਤੂੰ ਸੈਫ ਅਲੀ ਖਾਨ ਦੇ ਟ ਬੈੱਡ ਵੀ ਉੱਥੇ ਲਵਾ ਦੇ ਨਾ ਰੋਟੀਆਂ ਲਾਈਆਂ ਤੇ ਲੰਮੇ ਪੈ ਗਈ ਭਾਂਡੇ ਧੋ ਕੇ ਲੰਮੇ ਪੈ ਗਈ ਸਬਜ਼ੀ ਬਣਾ ਕੇ ਤੇ ਲੰਮੇ ਪੈ ਗਈ ਲੰਮੇ ਪਏ ਪਏ ਲੰਮੇ ਪੈ ਗਈ ਸਿਖਰ ਦੁਪਹਿਰੇ ਤੂੰ ਨਿਆਣਿਆਂ ਦੇ ਨਾਲ ਉੱਚ ਨੀਂਚ ਕਾ ਪਾਪੜਾ ਖੇਡਦੀ ਰਹਿਣੀ ਆ ਤੇ ਤੈਨੂੰ ਗਰਮੀ ਲੱਗਣੀ ਆ ਮੈਂ ਏਸੀ ਨਹੀਂ ਲਵਾ ਸਕਦਾ ਇੱਕ ਕੰਮ ਕਰ ਫਰਿੱਜ ਨੂੰ ਫੜ ਕੇ ਨਾ ਰੋਸ਼ਨਦਾਨ ਚ ਉਹਨੂੰ ਪਲਟ ਦੇ ਜਿੰਨੀ ਗਰਮ ਤੂੰ ਹੋਣ ਢਈ ਆ ਨਾ ਉਨਾ ਹੀ ਮੇਰਾ ਦਿਮਾਗ ਗਰਮ ਹੋਣ ਢਿਆ ਵਾ ਤੇ ਉਹ ਤੋਂ ਜ਼ਿਆਦਾ ਨਾ ਮੇਰਾ ਫੋਨ ਗਰਮ ਹੋ ਗਿਆ ਵਾ ਮੈਂ ਸਿੱਧਾ ਘਰ ਆ ਕੇ ਨਾ ਤੇਰਾ ਸਿਰ ਲੈ ਮੈਂ ਫਟਣਾ ਕਹਿਣਾ ਸੀ ਤਾਂ ਕਟਣਾ ਕਹਿ ਗਈ ਹੈਲੋ